ਤਿੰਨ ਗਾਣੇ ਤੁਹਾਡੇ ਜਿਹੜੇ ਆਪਣੇ ਫੇਵਰੇਟ ਆ ਤੁਹਾਡੇ। ਸਭ ਤੋਂ ਮੋਸਟ ਫੇਵਰੇਟ ਹਾਂ। ਮੈਨੂੰ ਲੈਂਸਰ ਪਹਿਲਾ ਤਾਂ ਹਾਂਜੀ। ਉਹ ਐਵਰਗ੍ਰੀਨ ਆ ਮੈਨੂੰ ਬਹੁਤ ਜਿਹਾ ਲੱਗਦਾ ਗਿਟਾਰ ਸਿੱਖਦਾ ਮੈਂ ਬਹੁਤ ਸੁਣਦਾ ਮੈਨੂੰ ਉਹ ਬਹੁਤ ਵਧੀਆ ਲੱਗਦਾ। ਤੁਸੀਂ ਲੋਕਾਂ ਲਈ ਬਹੁਤ ਲੱਕੀ ਹੋ। ਮੇਰੀ ਪਹਿਲੀ ਫਿਲਮ ਖੈਰ ਆ ਬਾਈ ਦਾ ਪਹਿਲਾ ਵੀਡੀਓ ਕਰਨ ਔਜਲਾ ਕਰਨ ਔਜਲਾ ਦਾ ਪਹਿਲਾ ਗਾਣਾ ਮੈਂ ਗਾਇਆ ਸੀ ਤੁਹਾਡੇ। ਹਾਂਜੀ 15 ਸਾਲ ਦਾ ਸੀ ਜੋ ਮੇਰੇ ਪਿੰਡ ਦੇ ਨਾਲ ਪਿੰਡ ਦਾ। ਓਕੇ। ਜੋ ਰਿਸਪੈਕਟ ਦਾ ਜਿਵੇਂ ਗੱਲ ਕਰਦਾ ਅੱਜ ਵੀ ਉਮੀਦ ਕਰਦਾ ਜਿਵੇਂ ਪਹਿਲਾਂ ਕਰਦਾ ਸੀ ਇੰਡੀਆ ਆਊਗਾ ਤਾਂ ਮਿਲ ਕੇ ਜਾਊਗਾ ਮੈਂ ਕੁਝ ਸਿੰਗਰਾਂ ਦੇ ਨਾਮ ਲਾਊਗਾ ਤੁਸੀਂ ਮੈਨੂੰ ਦੱਸਣਾ ਵੀ ਉਹਨਾਂ ਦਾ ਕਿਹੜਾ ਗਾਣਾ ਕਾਸ਼ ਤੁਸੀਂ ਗਾਇਆ ਹੁੰਦਾ ਓਕੇ ਥੋੜਾ ਜਲਦੀ ਵਾਲਾ ਰੈਪਰ ਫਾਇਰ ਹੈ ਓਕੇ ਦਿਲਜੀਤ ਦੋਸਾਨ ਭਾਈ ਜਿਹੜਾ ਹੁਣ ਵੀ ਸ਼ੋਅ ਤੇ ਗਾਉਂਦੇ ਹੁੰਦੇ ਆ ਨੈਣਾ ਨੂੰ ਲੋੜ ਤੇਰੀ ਦੀ ਤੇਰੀ ਦੀ ਸਾਨੂੰ ਤੇਰੀ ਆਹ ਜਿਮਨੀ ਪ੍ਰੈਜ਼ੈਂਟਸ ਦਾ ਜਗਦੀਪ ਸਿੱਧੂ ਸ਼ੋਅ ਅੱਜ ਸਾਡੇ ਨਾਲ ਹੈ ਜੱਸੀ ਵੀਰਾ ਜਿਵੇਂ ਮੋਸਟਲੀ ਇੱਕ ਕਨਸੈਪਟ ਹੈ ਕਿ ਜਿਹੜੀ ਸਕਸੈਸ ਹੈ ਉਹ ਪਾਇਰਾਮਿਡ ਹੈ ਕਿ ਤੁਸੀਂ ਜਿਵੇਂ ਜਿਵੇਂ ਉੱਤੇ ਜਾਂਦੇ ਰਹਿੰਦੇ ਹੋ ਤੁਸੀਂ ਲੋਨਲੀ ਹੁੰਦੇ ਜਾਂਦੇ ਹੋ ਹਾਂਜੀ ਬਹੁਤ ਸਾਰੇ ਸਾਡੀ ਜ਼ਿੰਦਗੀ ਚ ਰਿਸ਼ਤੇ ਜਾਂ ਲੋਕ ਐਸੇ ਆਏ ਹੁੰਦੇ ਆ ਜੋ ਇੱਕ ਟਾਈਮ ਤੇ ਸਾਨੂੰ ਬਹੁਤ ਅਜ਼ੀਜ਼ ਹੁੰਦੇ ਹੈ ਹੈਨਾ ਬਟ ਟਾਈਮ ਨਾਲ ਉਹ ਰਿਸ਼ਤੇ ਫੇਡ ਹੁੰਦੇ ਆ ਉਹ ਛੁੱਟਦੇ ਜਾਂਦੇ ਸਾਡੇ ਤੋਂ ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕਰਦੇ ਆ ਤਾਂ ਨਹੀਂ ਹੋ ਪੌਂਦਾ ਠੀਕ ਹੈ ਨਾ ਸੋ ਉਹ ਚੀਜ਼ ਜੋ ਚੀਜ਼ਾਂ ਪਿੱਛੇ ਰਹਿ ਗਈਆਂ ਜੋ ਬਹੁਤ ਸਾਰਾ ਕੁਝ ਸਾਡੀ ਜ਼ਿੰਦਗੀ ਚ ਜਿਵੇਂ ਤੁਸੀਂ ਕਿਹਾ ਕਿ ਬਹੁਤ ਇੰਪੋਰਟੈਂਟ ਹੁੰਦਾ ਇੱਕ ਸਮਾਂ ਹੈ ਨਾ ਛੋਟੇ ਛੋਟੇ ਲੋਕ ਸਾਡੀ ਫੈਮਲੀ ਦਾਦਾ ਦાદੀ ਦੁਨੀਆ ਤੋਂ ਚਲੇ ਜਾਂਦੇ ਆ ਤੇ ਕਿਉਂਕਿ ਸ਼ੁਰੂ ਚ ਤੁਸੀਂ ਇੱਕ ਤੁਹਾਡੀ ਲਾਈਫ ਅੱਡ ਹੁੰਦੀ ਹੈ ਤੁਹਾਡਾ ਸਰਕਲ ਵੱਡਾ ਹੁੰਦਾ ਹੈ ਹੁਣ ਜਦੋਂ ਤੁਸੀਂ ਉਸ ਸਟੇਜ ਤੇ ਹੁੰਨੇ ਹੋ ਜਾਂ ਇਹੋ ਜਿਹਾ ਕਦੇ ਦੌਰ ਆਉਂਦਾ ਹੈ ਜਾਂ ਤੁਹਾਨੂੰ ਉਹ ਲੋਨਲੀਲੈਸ ਕਦੇ ਘੇਰਦੀ ਹੈ ਤਾਂ ਉਦੋਂ ਤੁਸੀਂ ਉੱਚ ਨਿਕਲਦੇ ਕਿਵੇਂ ਹੋ ਜਾਂ ਕੀ ਫੀਲ ਕਰਦੇ ਹੋ ਮੈਂ ਸੱਚੀ ਦੱਸਦਾ ਲੋਨਲੀਲੈਸ ਆਰਟਿਸਟ ਦੀ ਲਾਈਫ ਦਾ ਬਹੁਤ ਜ਼ਿਆਦਾ ਖਾਸ ਕਰਕੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਮੈਂ ਆਪਣੀ ਪ੍ਰੋਬਲਮ ਸ਼ੇਅਰ ਨਹੀਂ ਕਰਦਾ ਕਿਸੇ ਨਾਲ ਮੈਂ ਮੈਨੂੰ ਹੁੰਦਾ ਕਿ ਮੈਂ ਕਿਉਂਕਿ ਮੈਂ ਆਪਣਾ ਪ੍ਰੋਫੈਸ਼ਨ ਆਪਣੇ ਘਰਦਿਆਂ ਤੋਂ ਬਹੁਤ ਇਦਾਂ ਰੱਖਿਆ ਆ ਕਿ ਮੈਂ ਆਪਣੀ ਪ੍ਰੋਫੈਸ਼ਨਲ ਲਾਈਫ ਘਰੇ ਡਿਸਕਸ ਹੀ ਨਹੀਂ ਕਰਦਾ ਨਾ ਮੇਰੀ ਵਾਈਫ ਨੂੰ ਪਤਾ ਹੁੰਦਾ ਕਿ ਪਤਾ ਹੁੰਦਾ ਨਾ ਸੈਂਸ ਕਿ ਮੈਂ ਦੱਸਾਂ ਕਿ ਮੇਰੀ ਕੀ ਚੱਲ ਰਹੀ ਹੈ ਮੈਂ ਕੀ ਨਾ ਮੈਂ ਆਪਣੇ ਮੰਮੀ ਡੜੀ ਨਾਲ ਕਦੇ ਸ਼ੇਅਰ ਕੀਤੀ ਆ ਸੋ ਮੈਂ ਆਪਣੇ ਤੱਕ ਹੀ ਬਹੁਤ ਰੱਖੀ ਆ ਐਂਡ ਉਹਦਾ ਰੀਜ਼ਨ ਵੀ ਇਹ ਹੈ ਕਿ ਮੈਨੂੰ ਐ ਲੱਗਦਾ ਹੁੰਦਾ ਕਿ ਜੋ ਮੈਂ ਆਪਣੇ ਆਪ ਨੂੰ ਆਪਣੇ ਮਾਈਂਡ ਨੂੰ ਜੋ ਮੈਂ ਕਹਿ ਕੇ ਸਹੀ ਕਰ ਸਕਦਾ ਉਹ ਕਿਸੇ ਦੇ ਹੋਰ ਦੇ ਕਹਿ ਤੇ ਸਹੀ ਨਹੀਂ ਹੋ ਸਕਦੀ ਬਟ ਜਿੱਦਿ ਤੁਸੀਂ ਇੱਕ ਪੈਰਾਮਿਡ ਦੀ ਗੱਲ ਕੀਤੀ ਸੀ ਉਹਦੇ ਵਿੱਚ ਨਾ ਮੈਂ ਬਹੁਤ ਲੱਖੀ ਆ ਇਸ ਚੀਜ਼ ਕਰਕੇ ਕਿ ਮੈਂ ਆਪਣਾ ਸਰਕਲ ਬਹੁਤ ਵੱਡਾ ਨਹੀਂ ਕੀਤਾ ਜੀ ਮੈਂ ਮੇਰੇ ਸਰਕਲ ਚ ਉਹੀ ਗਿੰਮੇ ਚੁਣਮੇ ਬੰਦੇ ਨੇ ਮਤਲਬ ਚਾਹੇ ਬੱਬਲ ਹੋ ਗਿਆ ਪ੍ਰਭ ਹੋ ਗਿਆ ਤੇ ਹੋਰ ਬਾਵੇ ਨੂੰ ਮਿਲ ਲਈਦਾ ਬਾਵਾ ਹੁਣ ਫਿਲਮ ਦੇ ਸ਼ੂਟ ਤੇ ਮੈਨੂੰ ਟੀਚਰ ਕਰ ਦਿੰਦਾ ਕਹਿੰਦਾ ਤੂੰ ਜਦੋਂ ਫਿਲਮ ਸ਼ੂਟ ਕਰਨੀ ਆ ਉਹਦੇ ਨਹੀਂ ਮਿਲਣਾ ਹੁੰਦਾ ਮੈਂ ਕਿਹਾ ਪਰ ਜੱਤਨ ਨੂੰ ਮਿਲਦਾ ਹੈ ਭਰਾ ਮੈਂ ਮੇਰੀ ਆਤ ਨਾਸਿਰ ਭਾਜੀ ਨਾਲ ਸਾਡੀ ਗੱਲਬਾਤ ਹੋਈ ਹੁਣ ਨਾਸਿਰ ਭਾਜੀ ਨੇ ਸ਼ੂਟ ਕਰਕੇ ਆਇਆ ਮੈਂ ਉਹਨਾਂ ਦਾ ਮੈਂ ਭਾਜੀ ਦੇਖੋ ਤੁਸੀਂ ਥੋੜਾ ਹੋਰ ਵੀ ਪੰਜਾਬ ਦੇ ਆਰਟਿਸਟ ਗੱਲ ਕਰਦਣ ਕਿ ਮੇਰੇ ਨਾਲ ਤੁਹਾਨੂੰ ਪਿਆਰ ਬਹੁਤ ਆ ਮੇਰਾ ਬਹੁਤ ਪਿਆਰ ਪੈ ਗਿਆ ਉਹਨਾਂ ਨਾਲ ਮੈਂ ਕਿਹਾ ਪਰ ਭਾਜੀ ਵੀ ਇਦਾਂ ਮੇਰੇ ਪਿਆਰ ਨੂੰ ਕਦੇ ਮੇਰੇ ਫੋਨ ਤੋਂ ਜੱਜ ਨਾ ਕਰਿਓ ਵੀ ਮੈਂ ਤੁਹਾਨੂੰ ਫੋਨ ਨਹੀਂ ਕੀਤਾ ਹੈਗਾ ਜਾਂ ਆਪਣੀ ਗੱਲ ਨਹੀਂ ਹੋਈ ਹੈਗੀ ਵੀ ਮੈਂ ਥੋੜਾ ਐਵੇਂ ਨਹੀਂ ਆ ਵੀ ਮੈਂ ਕਦੇ ਵਿਦਾਈ ਨਹੀਂ ਪਾਇਆ ਆਪਣਾ ਸਰਕਲ ਮੇਰਾ ਉਹਨਾਂ ਕੀ ਹੈ ਜੀ ਬੱਬਲ ਇਹ ਹੋ ਰਿਹਾ ਜਿਹੜਾ ਇੱਕ ਆਰਟਿਸਟ ਹੁੰਦਾ ਨਾ ਉਹ ਆਪਣੀ ਲੋਨਲੀਨੈਸ ਚੋਂ ਬਣਦਾ ਹਾਂਜੀ ਤੁਸੀਂ ਕ੍ਰੀਏਸ਼ਨ ਉੱਥੋਂ ਹੀ ਨਿਕਲਦੀ ਹੈ ਮੈਂ ਨਾ ਹੁਣ ਪਰਸੋਂ ਦੀ ਗੱਲ ਆ ਮੈਂ ਅਗਰ ਤੋ ਜੇਮ ਦੇ ਵਿੱਚ ਬਹੁਤ ਸ਼ੋਰ ਸ਼ਰਾਬਾ ਹੁੰਦਾ ਤੇ ਮੈਂ ਗਿਆ ਜਿਮ ਬਿਲਕੁਲ ਖਾਲੀ ਤੇ ਮਸ਼ੀਨਾਂ ਦੀ ਆਵਾਜ਼ ਚੱਲ ਰਹੀ ਸੀ ਮੈਂ ਨੌਇਜ਼ ਕੈנסਲੇਸ਼ਨ ਵਾਲੇ ਹੈੱਡਫੋਨ ਲਾਏ ਤੇ ਮੈਂ ਹੈੱਡਫੋਨ ਲਾ ਕੇ ਨੌਇਜ਼ ਕੈਨਸਲ ਕਰਤੀ ਮਸ਼ੀਨਾਂ ਦੀ ਵੀ ਆਵਾਜ਼ ਖਤਮ ਹੋ ਗਈ ਤੇ ਸਿਰਫ ਆਵਾਜ਼ ਚੱਲ ਰਹੀ ਹੈ ਮੇਰੇ ਦਿਲ ਦੀ ਤੇ ਸਿਰਫ ਸ਼ਾਂਤੀ ਮੈਂ ਉਹ ਫੀਲ ਕੀਤਾ ਕਿ ਵੀ ਜਿਹੜੀ ਆਪਾਂ ਕਹਿੰਦੇ ਹਾਂ ਉਹ ਆਪਣੇ ਅੰਦਰ ਦੀ ਆਵਾਜ਼ ਮਤਲਬ ਤੁਸੀਂ ਉਹ ਉਸ ਟਾਈਮ ਫੀਲ ਕੀਤਾ ਕਿ ਤੁਸੀਂ ਹੁਣ ਆਪਣੇ ਆਪ ਨਾਲ ਗੱਲਾਂ ਆ ਹੁੰਦੀ ਹੈ ਵੀ ਜਦੋਂ ਆਪਾਂ ਕਹਿੰਨ ਨਾ ਵੀ ਆਪਣੀ ਜ਼ੋਨ ਦੇ ਵਿੱਚ ਬੰਦਾ ਤਮੇ ਉਹ ਫੀਲ ਕੀਤਾ ਮੈਂ ਹੁਣ ਮੈਂ ਫਿਰ ਫਿਰ ਤੋਂ ਚਾਹਨਾ ਕਿ ਵੀ ਉਹ ਫੇਜ਼ ਮਤਲਬ ਇਦਾਂ ਦਾ ਵੀ ਜਦੋਂ ਤੁਸੀਂ ਬਿਲੇ ਬੈਠੇ ਹੋ ਨਾ ਮੈਂ ਆਪਣੇ ਹੈੱਡਫੋਨ ਲਾਏ ਸਿਰਫ ਆਪਣੇ ਆਪ ਨਾਲ ਗੱਲਾਂ ਕੀਤੀਆਂ ਵੀ ਆਏ ਨਹੀਂ ਹੈਗਾ ਵੀ ਕੋਈ ਸ਼ੋਰ ਛਰਾਬਾ ਚੱਲ ਰਿਹਾ ਹੈ ਇਹ ਚੱਲ ਰਿਹਾ ਮੈਂ ਬਹੁਤ ਕੋਸ਼ਿਸ਼ ਕਰਦਾ ਮੈਡੀਟੇਸ਼ਨ ਦੀ ਪਰ ਮੇਰੇ ਨਾਲ ਸੱਚ ਤੱਕ ਹੋ ਨਹੀਂ ਪਾਇਆ ਮੈਨੂੰ ਕਿਉਂਕਿ ਸਾਲਾ ਹੋਰ ਦਿਮਾਗ ਬਹੁਤ ਪਾਸੇ ਚੱਲਦਾ ਹੁਣ ਤਾਂ ਜ਼ਿੰਮੇਵਾਰੀਆਂ ਹੋਰ ਬਹੁਤ ਹੋ ਗਈਆਂ ਬਟ ਮੇਰੀ ਕੋਸ਼ਿਸ਼ ਇਹ ਈ ਕਿ ਮੈਂ ਚਾਹਣਾ ਸਿੱਖਣਾ ਕਿ ਮੇਰੀ ਡੇਟ ਕਿਵੇਂ ਕੀਤਾ ਜਾਂਦਾ ਬਟ ਮੈਨੂੰ ਉਹ ਇੱਕ ਉਹ ਚੀਜ਼ ਨੇ ਮੈਨੂੰ ਇੱਕ ਉਹ ਬੜਾ ਉਕੀਤ ਕਿ ਆ ਬੜੀ ਵਧੀਆ ਚੀਜ਼ ਆ ਕਿ ਜਦੋਂ ਤੁਹਾਨੂੰ ਸਾਰੀ ਦੁਨੀਆ ਦਾ ਸ਼ੋਰ ਬੰਦ ਸਿਰਫ ਤੁਸੀਂ ਆਪਣੇ ਆਪ ਦੇ ਵਿੱਚੋਂ ਜਿੱਦ ਤੁਸਰੀ ਆਪਣੇ ਆਪ ਨਾਲ ਗੱਲ ਕਰ ਸਕਦੇ ਕਿਉਂਕਿ ਜਦੋਂ ਹੈੱਡਫੋਨ ਤੁਹਾਡੇ ਲੱਗੇ ਹੁੰਦੇ ਜੇ ਤੁਸੀਂ ਬੋਲਦੇ ਹੋ ਤੁਹਾਨੂੰ ਆਵਾਜ਼ ਸੁਣਦੀ ਆ ਕਿ ਤੁਸੀਂ ਕੀ ਬੋਲ ਰਹੇ ਹੋ ਇਹ ਬੜੀ ਉਹ ਹੋਇਆ ਕਿ ਜੋ ਆਪਾਂ ਗਿਆ ਭੱਜ ਦੌੜ ਚੱਲ ਰਹੀ ਹੈ ਕਿ ਬੰਦਾ ਆਪਣੇ ਆਪ ਨਾਲ ਹੀ ਗੱਲ ਕਰਨਾ ਭੁੱਲ ਜਾਂਦਾ ਮੈਂ ਇੱਕ ਵਰਕਸ਼ਾਪ ਕੀਤੀ ਸੀ ਤਿੰਨ ਦਿਨਾਂ ਦੀ ਐਕਟਿੰਗ ਦੀ ਵਰਕਸ਼ਾਪ ਤੋ ਉਹਦੇ ਚ ਨਾ ਉਹਨਾਂ ਨੇ ਸਾਨੂੰ ਇੱਕ ਐਕਸਰਸਾਈਜ਼ ਕਰਾਈ ਸੀ ਕਿ ਤੁਸੀਂ ਆਏ ਹੱਥ ਲਓ ਤੇ ਸੋਚੋ ਕਿ ਇੱਕ ਬੱਚਾ ਫੜਿਆ ਹੋਇਆ ਤੁਸੀਂ ਔਰ ਛੋਟਾ ਬੱਚਾ ਹੈ ਇਹਨੂੰ ਤੁਸੀਂ ਸੰਭਾਲਣਾ ਹੈ ਔਰ ਥੋੜਾ ਜਿਹਾ ਦੱਸਣ ਤੋਂ ਬਾਅਦ ਉਹਨਾਂ ਨੇ ਕਿਹਾ ਤੁਸੀਂ ਇਹ ਸੋਚੋ ਇਹ ਬੱਚਾ ਤੁਸੀਂ ਆਪ ਹੋ 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 ਕੇ ਔਰ ਮਤਲਬ 15 ਜਣੇ 30 ਸਕਿੰਡ ਚ ਪੂਰੀ ਕਲਾਸ ਬਾਹ ਬਾਹ ਹੋ ਰਹੀ ਹੋ ਕੀ ਉਹ ਸਾਰਾ ਕੋਸ਼ਿਸ਼ ਕੀ ਤੁਸੀਂ ਛੋਟੇ ਹੋ ਇਹ ਬੱਚਾ ਹੁਣ ਫਿਲਮ ਦੇਖਣਾ ਚਾਹੁੰਦਾ ਹੈ ਇਹ ਕਿਤੇ ਜਾਣਾ ਚਾਹੁੰਦਾ ਹੈ ਤੁਸੀਂ ਇਹਨੂੰ ਲੈ ਕੇ ਜਾਓ ਕਮਾਲ ਸੋ ਅਸੀਂ ਆਪਣੇ ਆਪ ਨਾਲ ਗੱਲਾਂ ਹੀ ਨਹੀਂ ਕਰਦੇ ਹਾਂ ਜੀ ਆਪਾਂ ਉਹੀ ਸਾਡੀ ਕੰਡਸਟਰੀ ਐਵੇਂ ਦੀ ਹੈ ਨਾ ਲੋਕਾਂ ਦੇ ਲਈ ਆ ਤਾਂ ਸਾਰੀ ਦਿਹਾੜੀ ਇਹੀ ਚੱਲਦਾ ਰਹਿੰਦਾ ਕਿ ਲੋਕਾਂ ਨੂੰ ਕਿਵੇਂ ਖੁਸ਼ ਕਰਨਾ ਆਰਟਿਸਟ ਸੋਚ ਹੀ ਨਹੀਂ ਪਾਉਂਦਾ ਹੈਗਾ ਕਿ ਮੈਂ ਆਪਣੇ ਆਪ ਨੂੰ ਕਿਵੇਂ ਖੁਸ਼ ਕਰਨਾ ਸੋ ਜਦੋਂ ਫਿਰ ਉਹ ਉਹ ਸਾਰੀ ਜੋਰ ਹੀ ਇਸ ਚੀਜ਼ ਤੇ ਲੱਗੇ ਰਹਿੰਦਾ ਕਿ ਅੱਛੇ ਲੋਕਾਂ ਨੇ ਆ ਵਧੀਆ ਲੱਗਦੀ ਹੈ ਉਹਨੂੰ ਆ ਚੀਜ਼ ਦੇ ਦਈਏ ਆ ਵਧੀਆ ਲੱਗਿਆ ਚੀਜ਼ ਦੇ ਦਈਏ ਪਰ ਐਜ਼ ਐਨ ਆਰਟਿਸਟ ਮੈਨ ਲੱਗਦਾ ਕਿ ਤੁਹਾਨੂੰ ਪਹਿਲਾਂ ਆਪਣੀ ਸੈਟੀਸਫੈਕਸ਼ਨ ਜ਼ਰੂਰੀ ਹੈ ਤੁਹਾਨੂੰ ਆਪ ਨੂੰ ਆਪਣਾ ਦਿਲ ਖੁਸ਼ ਕਰਨ ਦੇ ਲਈ ਕੰਮ ਪਹਿਲਾਂ ਕਰਨਾ ਜਦੋਂ ਲੋਕਾਂ ਨੂੰ ਆਪਣੇ ਆਪ ਹੀ ਪਸੰਦ ਆ ਜਾਂਦਾ ਹੈ ਤੁਹਾਡੀ ਮੈਰਿਜ ਹੋਈ ਉਸ ਤੋਂ ਬਾਅਦ ਬੱਚੇ ਹੋਏ ਹਾਂਜੀ ਉਸ ਤੋਂ ਬਾਅਦ ਤੁਸੀਂ ਕੀ ਚੇਂਜ ਦੇਖਦੇ ਹੋ ਤੁਹਾਡੀ ਲਾਈਫ ਚ ਬੱਚਿਆਂ ਨਾਲ ਕੀ ਚੇਂਜ ਹੈ ਬਿਲਕੁਲ ਡਿਫਰੈਂਟ ਫਲਿੱਪ ਮਤਲਬ ਇਦਾਂ ਕਹਿ ਸਕਦੇ ਆ ਕਿ ਉਹ ਪਹਿਲਾ ਜਿਹੜਾ ਸੀਗਾ ਜੱਸੀ ਗਿੱਲ ਉਹ ਉਹ ਕੁਝ ਹੋਰ ਸੀ ਇਹ ਬਿਲਕੁਲ ਡਿਫਰੈਂਟ ਮਤਲਬ ਪਾਸਾ ਹੀ ਪਲਟ ਗਿਆ ਮੇਰੀ ਲਾਈਫ ਦਾ ਲਾਈਫ ਨੂੰ ਦੇਖਣ ਦਾ ਨਜ਼ਰੀਆ ਲਾ ਲਓ ਫੈਮਿਲੀ ਦੀ ਵੈਲਿਊਜ਼ ਮਤਲਬ ਹਰ ਇੱਕ ਚੀਜ਼ ਜਿਵੇਂ ਤੁਸੀਂ ਦੱਸਿਆ ਨਾ ਬੱਚੇ ਵਾਲੀ ਗੱਲ ਜਦੋਂ ਮੈਂ ਪਹਿਲੀ ਵਾਰ ਆਪਣੀ ਬੇਟੀ ਨੂੰ ਹੱਥ 'ਚ ਫੜਿਆ ਸੀ ਤਾਂ ਮੇਰੇ ਸਾਰੇ ਫਲੈਸ਼ਬੈਕ ਘੁੰਮ ਗਏ ਸੀਗੇ ਦਿਮਾਗ ਦੇ ਵਿੱਚ ਵੀ ਮੈਂ ਕਿਵੇਂ ਆਇਆ ਸੀਗਾ ਦੁਨੀਆ ਤੇ ਤੇ ਅੱਜ ਕਈ ਵਾਰ ਮੈਂ ਡੈਡੀ ਨੂੰ ਲੜਕੇ ਕਹਿਣਾ ਵੀ ਤੁਹਾਨੂੰ ਕੀ ਪਤਾ ਜੇ ਮੈਂ ਆਪਾਂ ਕਹਿ ਦਿੰਨੇ ਆ ਵੀ ਮੈਂ ਮੈਨੂੰ ਪਤਾ ਨਾ ਮੈਂ ਕੰਮ ਕਰ ਰਿਹਾ ਐ ਇਸ ਤਰੀਕੇ ਨਾਲ ਸੋ ਉਹ ਤੁਹਾਨੂੰ ਹੇਟ ਕਰਨ ਲਾ ਦੇਣੇ ਚੀਜ਼ਾਂ ਤੁਹਾਡੇ ਦਿਮਾਗ 'ਚ ਚੱਲ ਲੈਂਦੇ ਨੇ ਵੀ ਯਾਰ ਵੀ ਕੱਲ ਨੂੰ ਇਹਨੇ ਵੀ ਆਏ ਕਹਿ ਦੇਣਾ ਵੀ ਇਹ ਦੇਖੋ ਆਏ ਆ ਆਏ ਰਿਐਲਿਟੀ ਆ ਇਹ ਪ੍ਰੋਥਾ ਕਿ ਇਦਾਂ ਆਉਂਦਾ ਬੰਦਾ ਨਾ ਜ਼ਿੰਦਗੀ ਸੋ ਉਹਨਾਂ ਨੇ ਮੇਰੇ ਦਾ ਵਿਆਹ ਤੋਂ ਬਾਅਦ ਤਾਂ ਨਹੀਂ ਕਹਿ ਸਕਦਾ ਪਰ ਬੱਚੇ ਹੋਣ ਤੋਂ ਬਾਅਦ ਸਪੈਸ਼ਲੀ ਬੇਟੀ ਹੋਣ ਤੋਂ ਬਾਅਦ ਮਤਲਬ ਮੈਂ ਮੰਨਦਾ ਕਿ ਸਭ ਤੋਂ ਵੱਡੀ ਬਲੇਸਿੰਗ ਆ ਅਗਰ ਮਤਲਬ ਮੇਰੇ ਲਈ ਸਭ ਤੋਂ ਵੱਡੀ ਬਲੇਸਿੰਗ ਆ ਕਿ ਮੇਰੇ ਕੋ ਪਹਿਲੀ ਗਰਲ ਚਾਈਲਡ ਬੇਟੀ ਹੋਈ ਸੋ ਉਹ ਥੋੜਾ ਨਜ਼ਰੀਆ ਬਿਲਕੁਲ ਚੇਂਜ ਕਰਨੇ ਲਾਈਫ ਲਈ ਮੇਰਾ ਉਸ ਤੋਂ ਪਹਿਲਾਂ ਮੈਂ ਕੁਝ ਹੋਰ ਸੋਚਦਾ ਸੀਗਾ ਲਾਈਫ ਨੂੰ ਲੈ ਕੇ ਹਮੇਰੀ ਤਿੰਨ ਸਿਸਟਰ ਜਿਵੇਂ ਮੈਂ ਤੋਂ ਵੱਡੀਆਂ ਉਹ ਵੀ ਉਹ ਵੀ ਮੈਂ ਆਪਣੇ ਆਪ ਲਈ ਬਲੇਸਿੰਗ ਮੰਨਦਾ ਕਿ ਮੇਰੇ ਤਿੰਨ ਸਿਸਟਰ ਸੀ ਬਟ ਫਿਰ ਵੀ ਇੱਕ ਲਾਈਫ ਚ ਵਿਚਰਨ ਦੇ ਲਈ ਚਰਤ ਤੁਸੀਂ ਸੋਚਦੇ ਨਾ ਤੁਹਾਨੂੰ ਐ ਲੱਗਦਾ ਕਿ ਹੁਣ ਸਾਰਾ ਕੁਝ ਸਹੀ ਹੋ ਜਾਵੇ ਕਿਉਂਕਿ ਤੁਹਾਡੇ ਬੱਚੇ ਨੇ ਹੁਣ ਇੱਥੇ ਇਸ ਦੁਨੀਆ ਚ ਜਾਣਾ ਸਪੈਸ਼ਲੀ ਥੋੜੀ ਬੇਟੀ ਨੇ ਸੋ ਉਹ ਜਿਹੜਾ ਥਾਟ ਪ੍ਰੋਸੈਸ ਆਈ ਉਹ ਮਤਲਬ ਬਹੁਤ ਹੀ ਡਿਫਰੈਂਟ ਹੋ ਮੈਂ ਐਕਸਪਲੇਨ ਨਹੀਂ ਕਰ ਸਕਦਾ ਮੈਨੂੰ ਲੱਗਦਾ ਕਿ ਉਹ ਉਹ ਐਕਸਪੀਰੀਅੰਸ ਹੀ ਕਰ ਸਕਦਾ ਬੰਦਾ ਤੁਸੀਂ ਐਕਸਪੀਰੀਅੰਸ ਕੀਤਾ ਨikhil ਜਿੱਦਨੇ ਉਹਦੇ ਕੋ ਬੇਟੀ ਹੋਈ ਉਹਨੇ ਮੇਰੇ ਕੋ ਫੋਨ ਕਰਕੇ ਰੋਇਆ ਕੁਛ ਉਹ ਮੈਨੂੰ ਬਹੁਤ ਐਵੇਂ ਦੀਆਂ ਗੱਲਾਂ ਕਰਨ ਲੱਗਾ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਰਿਲੈਕਸ ਹੋ ਤੂੰ ਇੰਜੋਏ ਕਰ ਇਹ ਚੀਜ਼ ਤੂੰ ਈਮੋਸ਼ਨਲ ਨਾ ਹੋ ਉਹ ਤੂੰ ਠੀਕ ਹੈ ਉਹ ਜੱਟੇ ਵੱਡੀ ਹੋਣਾ ਤੇਰੇ ਹੱਥ ਚਾਉਣਾ ਤੈਨੂੰ ਬਹੁਤ ਵਧੀਆ ਵਧੀਆ ਮੋਮੈਂਟਸ ਦੇਣੀਆਂ ਨੇ ਹੁਣ ਉਹਦੇ ਮੈਂ ਰੀਲਸ ਦੇਦਾ ਉਹਨੂੰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਉਹਦੇ ਨੇ ਇੰਜੋਏ ਕਰਦਾ ਰੋਇਆ ਇਸ ਕਰਕੇ ਨਹੀਂ ਸੀ ਬੇਟੀ ਹੋਈ ਉਹ ਉਹ ਇਸ ਕਰਕੇ ਰੋ ਰਿਹਾ ਸੀਗਾ ਕਿ ਵੀ ਮੇਰੀ ਦੁਨੀਆ ਚੇਂਜ ਹੋ ਗਈ ਅੱਜ ਮੈਨੂੰ ਸਮਝ ਨਹੀਂ ਆ ਰਹੀ ਮੈਂ ਚੱਕਾਂ ਕਿ ਚੱਕਾਂ ਮੈਨੂੰ ਅਲੱਗਰ ਡਰ ਗਿਰਨਾ ਜਾਵੇ ਇਹ ਆ ਆ ਚੀਜ਼ਾਂ ਬਹੁਤ ਸੀ ਹੈ ਇਹ ਮੇਚਾ ਦਾ ਨਿਯਮ ਹੈ ਮੈਂ ਇੱਕ ਦਿਨ ਮੇਰੀ ਛੋਟੀ ਬੇਟੀ ਹੈ ਤਾਂ ਮੈਂ ਉਹਦੇ ਪੈਰ ਦਬਾਰਿਆ ਸੀ ਰਾਤ ਨੂੰ ਤਾਂ ਮੈਨੂੰ ਯਾਦ ਆਇਆ ਕਿ ਯਾਰ ਮੇਰੇ ਮੇਰੀ ਦਾਦੀ ਜੀ ਦਬਾਉਂਦੇ ਹੁੰਦੇ ਹਨ ਤੇ ਮੈਂ ਮੇਰੀ ਵਾਈਫ ਨੂੰ ਕਿਹਾ ਕਿ ਦੇਖ ਕਿੰਨਾ ਇਹ ਲਾਈਫ ਦਾ ਡਿਜ਼ਾਈਨ ਹੈ ਕਿ ਜੋ ਮੇਰੇ ਦਬਾਉਂਦੇ ਸੀ ਮੈਂ ਉਹਨਾਂ ਦੇ ਨਹੀਂ ਦਬਾਇਆ ਹਮਮ ਸਹੀ ਮੈਂ ਗਾਂ ਮੇਰੇ ਬੱਚੇ ਦਬਾਇਆ ਇਹ ਵੀ ਗੱਲ ਆਪਣੇ ਬੱਚਾ ਨਹੀਂ ਦਬਾਉਗੀ ਇਹ ਮੇਰੇ ਨਹੀਂ ਦਬਾਉਗੀ ਹਨਾ ਸੋ ਆਪਾਂ ਰੱਬ ਨੇ ਪਰਮਾਤਮਾ ਨੇ ਇਹੋ ਜਿਹਾ ਤਰੀਕਾ ਬਣਾਇਆ ਕਿ ਸਾਡਾ ਧਿਆਨ ਗਾਂ ਲਾ ਦਿੰਦਾ ਪਿਛਲੇ ਪਿਛਲੇ ਆਪਾਂ ਛੱਡ ਦਿੰਨੇ ਆ ਅੱਗੇ ਵਧਦੇ ਸੇਮ ਪੇੜ ਦਾ ਵੀ ਜਿਵੇਂ ਕਨਸੈਪਟ ਹੈ ਕਿ ਫਰੂਟ ਨੂੰ ਪਾਲਣ ਲਈ ਉਹ ਆਪਣੀ ਸਾਰੇ ਜਾਨ ਲਾ ਦਿੰਦਾ ਜਦੋਂ ਹੀ ਉਹ ਪੱਕਦਾ ਉਹ ਡਿੱਗਦਾ ਉਹ ਆਪ ਦਾ ਅਦ੍ਰਕਤ ਬਣਾ ਲੈਂਦਾ ਉਹ ਨੂੰ ਨਹੀਂ ਫਿਰ ਉਹ ਆਪਣੇ ਫਰੂਟਾਂ ਤੇ ਲੱਗ ਜਾਂਦਾ ਨਹੀਂ ਸਹੀ ਹੈ ਜੀ ਮੈਂ ਹੁਣ ਮੈਨੂੰ ਲੱਗਦਾ ਕਿ ਜੋ ਚੀਜ਼ਾਂ ਮੈਂ ਰੂਜਸਲੀ ਕਰਦਾ ਕਿ ਸ਼ਾਇਦ ਮੈਂ ਮੈਂ ਸੋਚ ਵੀ ਨਹੀਂ ਸਦਾ ਸੀਗਾ ਕਿ ਮੈਂ ਐਵੇਂ ਦਾ ਇਨਸਾਨ ਵੀ ਹਾਂ ਮਤਲਬ ਇੱਕ ਐਕਸਪੀਰੀਅੰਸ ਹੀ ਉਸ ਤੋਂ ਬਾਅਦ ਹੋਇਆ ਘਰੇ ਵੀ ਗੱਲ ਹੋ ਜਾਂਦੀ ਹੈ ਮੇਰੀ ਵਾਈਫ ਕਹਿੰਦੀ ਹੈ ਮੈਨੂੰ ਕਿ ਇਦਾਂ ਦਾ ਕਦੇ ਗੱਲ ਨਹੀਂ ਕੀਤੀ ਕਿ ਤੂੰ ਐਦਾਂ ਸਾਡੀ ਵਾਰ ਤਾਂ ਇਦਾਂ ਹੁੰਦਾ ਨਹੀਂਗਾ ਸੋ ਇਦਾਂ ਚੱਲਦਾ ਰਹਿਣਾ ਪਰ ਹਾਂ ਉਹ ਮੈਂ ਬੜਾ ਬlesed feel ਕਰਦਾ ਕਿ ਮੈਂ ਟੱਚ ਮੇਰੀ ਬੇਟੀ ਬੜੀ ਸੈਂਸਿਟਿਵ ਜਿਹਾ ਬੱਚਾ ਹੋ ਬੜਾ ਸਿਆਣਾ ਜਿਵੇਂ ਕਹਿ ਲੋ ਤੁਸੀਂ ਤੇ ਹਰ ਚੀਜ਼ ਸਮਝਦੀ ਆ ਤੇ ਜਿਵੇਂ ਹੁਣ ਮੈਂ ਆਈ ਹੋਈ ਸੀਗੀ ਪਿੱਛੇ ਇੱਕ ਮੈਂ ਗਾਣਾ ਵੀ ਸ਼ੂਟ ਕੀਤਾ ਸੀਗਾ ਉਹਦੇ ਨਾਲ ਤਾਂ ਉਹ ਬੱਚੇ ਸਾਰੇ ਹੁਣ ਪਿਆਰੇ ਹੁੰਦੇ ਆ ਪਰ ਟੱਚ ਵੁਡ ਇੱਕ ਵਧੀਆ ਰੂਹ ਦਤੀ ਆ ਰੱਬ ਨੇ ਜੀ ਤੇ ਵੀਰੇ ਹੁਣ ਸਾਡੀ ਵਾਰੀ ਆ ਜਿਮਨੀ 4x4 라운ਡ ਦੀ ਹਾਂ ਜੀ ਤੋਂ ਇੱਕ ਕਾਈਂਡ ਆਫ ਰੈਪਿਡ ਫਾਇਰ ਆ ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਮੋਸਟਲੀ ਤੁਹਾਡੇ ਤੇ ਰੱਖਿਆ ਜਾਵੇ ਓਕੇ ਮਤਲਬ ਉਹ ਜੇ ਪੰਗਿਆਂ ਵਾਲੇ ਕੁਐਸਚਨ ਹੈ ਨਹੀਂ ਇਹ ਸੀ ਸਨ ਸੋ ਪਹਿਲਾ ਸਵਾਲ ਹੈ ਕਿ ਤੁਹਾਡੀਆਂ ਆਪਦੀਆਂ ਫਿਲਮਾਂ ਚੋਂ ਕਿਹੜੀ ਫਿਲਮ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਆ ਪੰਜਾਬੀ ਜਾਂ ਹਿੰਦੀ ਗਏ ਸਾਰਿਆਂ ਦੇ ਲਾ ਦੋਨੋਂ ਹੀ ਦੱਸ ਦੋ ਚਲੋ ਇੱਕ ਪੰਜਾਬੀ ਦੱਸ ਦੋ ਇੱਕ ਹਿੰਦੀ ਪੰਜਾਬੀ ਮੈਨੂੰ ਸਰਗੀ ਬਹੁਤ ਦਿ ਲੱਦੀ ਹੈ ਜਿਹੜੀ ਆਪਾਂ ਸ਼ੂਟ ਕੀਤੀ ਸੀਗੀ ਰਾਈਟ ਤੇ ਹਿੰਦੀ ਦੇ ਵਿੱਚ ਮੈਨੂੰ ਮੈਨੂੰ ਲੱਗਦਾ ਹੁੰਦਾ ਕਿ ਪੰਗਾ ਫਿਲਮ ਜੀ ਦੇ ਵਿੱਚ ਮੈਨੂੰ ਮੈਨੂੰ ਕੁਝ ਡਿਫਰੈਂਟ ਕਰਨ ਨੂੰ ਮਿਲਿਆ ਪਹਿਲਾਂ ਉਹ ਮੈਨੂੰ ਵਧੀਆ ਲੱਗਦੀ ਆ ਫਿਰ ਓਕੇ ਤੇ ਗਾਣੇ ਤਿੰਨ ਗਾਣੇ ਤੁਹਾਡੇ ਜਿਹੜੇ ਆਪਣੇ ਫੇਵਰੇਟ ਆ ਤੁਹਾਡੇ ਅੱਛਾ ਮੋਸਟ ਫੇਵਰੇਟ ਹਾਂ ਮੈਨੂੰ ਲੈਂਸਰ ਪਹਿਲਾਂ ਤਾਂ ਹਾਂਜੀ ਉਹ ਐਵਰਗ੍ਰੀਨ ਆ ਮੈਨੂੰ ਉਹਦੀ ਲੱਗਦਾ ਗਿਟਾਰ ਸਿੱਕਦਾ ਮੈਂ ਬਹੁਤ ਸੁਣਦਾ ਮੈਨੂੰ ਉਹ ਵਧੀਆ ਲੱਗਦਾ ਤੇ ਤੀਸਰਾ ਗਾਣਾ ਤੀਸਰੇ ਗਾਣੇ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਆ ਜਾਣਗੀਆਂ ਬਟ ਇਹ ਦੋ ਗਾਣੇ ਮੇਰੇ ਮੋਸਟ ਫੇਵਰਿਟ ਜਿਹੜੇ ਕਿ ਮੈਨੂੰ ਐ ਲੱਗਦਾ ਕਿ ਇਹ ਵਧੀਆ ਗਾਣੇ ਆ ਮੇਰੇ ਓਕੇ ਕੋਈ ਤੁਸੀਂ ਆਪਣੀ ਲਾਈਫ ਚ ਕੋਈ ਇੱਕ ਮਿਸਟੇਕ ਜੋ ਤੁਹਾਨੂੰ ਲੱਗਦਾ ਹੈ ਕਿ ਯਾਰ ਜਿਹਦਾ ਅੱਜ ਵੀ ਰਿਗਰਟ ਹੁੰਦਾ ਹੈ ਕਿ ਆ ਗਲਤੀ ਵੱਡੀ ਗੱਲਤੀ ਸੀ ਗਲਤੀਆਂ ਤਾਂ ਦੇਖੋ ਫਿਰ ਆ ਮਤਲਬ ਬਹੁਤ ਹੁੰਦੀਆਂ ਵਧੀਆ ਰਹਿੰਦੀਆਂ ਨੇ ਬਟ ਐਸੀ ਇੱਕਦਮ ਕੋਈ ਯਾਦ ਕਰਨੀ ਹੋਵੇ ਤਾਂ ਇਵੇਂ ਦੀ ਕੋਈ ਗਲਤੀ ਨਹੀਂ ਪਰ ਹਾਂ ਇੱਕ ਇੱਕ ਮੈਨੂੰ ਗਲਤੀ ਨਹੀਂ ਕਹਿ ਸਕਦਾ ਇੱਕ ਮੈਨੂੰ ਰਿਗਰਟ ਜ਼ਰੂਰ ਹੁੰਦਾ ਕਿ ਮੈਂ ਆਪਣਾ ਵਿਆਹ ਨਹੀਂ ਇੰਜੋਏ ਕਰ ਪਾਇਆ ਉਸ ਟਾਈਮ ਉਸ ਟਾਈਮ ਪਤਾ ਨਹੀਂ ਸੋਚ ਆਈ ਸੀ ਮੇਨੂੰ ਦੱਸਿਆ ਮਾਈਂਡ ਐਵੇਂ ਦਾ ਸੀਗਾ ਕਿ ਐ ਸੀਗਾ ਕਿ ਪਤਾ ਨਾ ਚੱਲ ਜਾਵੇ ਕਿ ਸਾਨੂੰ ਵਿਆਹ ਹੋ ਗਿਆ ਹੋ ਗਿਆ ਉਹ ਮੂਮੈਂਟ ਮੈਂ ਬਹੁਤ ਮਿਸ ਕਰਦਾ ਹਾਂ ਕਿ ਸ਼ਾਇਦ ਜਦੋਂ ਦੇਖੀਦਾ ਹੁਣ ਕਿਸੇ ਦੀ ਪ੍ਰੀ ਵੈਡਿੰਗ ਰੀਲ ਆ ਜਾਂਦੀ ਹੈ ਆ ਕੁਝ ਹੋਰ ਆ ਜਾਂਦਾ ਤਾਂ ਖਾਸ ਕਰਕੇ ਮੇਰੀ ਵਾਈਫ ਮੈਨੂੰ ਬਹੁਤ ਯਾਦ ਕਰਵਾਉਂਦੀ ਰਹਿੰਦੀ ਹੈ ਆਪਾਂ ਐ ਨਹੀਂ ਕੀਤਾ ਐ ਨਹੀਂ ਕੀਤਾ ਉਹ ਚੀਜ਼ ਮੈਨੂੰ ਰਿਗਰਟ ਰਿਗਰਟ ਰਹਿੰਦਾ ਬਹੁਤ ਜ਼ਿਆਦਾ ਮੈਂ ਕੁਝ ਸਿੰਗਰਾਂ ਦੇ ਨਾਮ ਲਾਉਂਗਾ ਤੁਸੀਂ ਮੈਨੂੰ ਦੱਸਣਾ ਵੀ ਉਹਨਾਂ ਦਾ ਕਿਹੜਾ ਗਾਣਾ ਕਾਸ਼ ਤੁਸੀਂ ਗਾਇਆ ਹੁੰਦਾ ਓਕੇ ਥੋੜਾ ਜਲਦੀ ਵਾਲਾ ਰੈਪਰ ਫਾਇਰ ਓਕੇ ਠੀਕ ਹੈ ਜੀ ਠੀਕ ਹੈ ਐਮੀ ਵਰਕ ਅ ਐਮੀ ਵਰਕ ਦਾ ਕਿਸਮਤ ਓਕੇ ਇੱਕ ਟੁੱਟਿਆ ਤਾਰਾ ਮੈਨੂੰ ਦੋਨੋਂ ਬਹੁਤ ਹੀ ਲੱਗਦੇ ਆ ਓਕੇ ਹਰਪਜਨ ਮਾਨ ਬਾਈ ਹਰਪਜਨ ਮਾਨ ਬਾਈ ਦਾ ਜੀ ਵੀ ਅਸੀਂ ਗਾ ਲੈਨੇ ਗੱਲਾਂ ਗੋਰੀਆਂ ਦੇ ਵਿੱਚ ਟੋਏ ਉਹਨਾਂ ਦਾ ਬਹੁਤ ਵਧੀਆ-ਵਧੀਆ ਗਾਣੇ ਗਾਏ ਹੋਏ ਨੇ ਪਰ ਗੱਲਾਂ ਗੋਰੀਆਂ ਉਹਨਾਂ ਦਾ ਗਾਣਾ ਜਿਹੜਾ ਕਿ ਮੈਨੂੰ ਲੱਗਦਾ ਇੰਡੀਆ ਜਿੱਥੇ ਹੀ ਆ ਗਾ ਦੋ ਸਭ ਸਭ ਨੂੰ ਪਤਾ ਦਿਲਜੀਤ ਦੋਸਾਨ ਭਾਈ ਦਿਲਜੀਤ ਭਾਈ ਨੂੰ ਮੈਂ ਪਹਿਲਾਂ ਪਹਿਲਾਂ ਜਦੋਂ ਮੈਂ ਪੱਗ ਬੰਨਦਾ ਸੀ ਬਹੁਤ ਅਸੀਂ ਸੁਣਦੇ ਰਹੇ ਹਾਂ ਦਿਲਜੀਤ ਹੋਵੇ ਭਾਈ ਹੋਵੇ ਇੰਦਰ ਜੀ ਨਿੱਕੂ ਹੋਵੇ ਮੈਨਾਂ ਦੇ ਪੋਸਟਰ ਲਾਏ ਹੁੰਦੇ ਸੀਗੇ ਆਪਣੇ ਖਬਰ ਦੇ ਤੇ ਉਹਨਾਂ ਨੂੰ ਦੇਖ ਕੇ ਪੱਗ ਬੰਨਦਾ ਹੁੰਦਾ ਸੀ ਉਹਦੋਂ ਦਾ ਗਾਣਾ ਆਇਆ ਸੀਗਾ ਉਹ ਜਿਹੜਾ ਹੁਣ ਵੀ ਸ਼ੋਅ ਤੇ ਗਾਉਂਦੇ ਹੁੰਦੇ ਆ ਨੈਣਾ ਨੂੰ ਲੋੜ ਤੇਰੀ ਦੀ ਦੀ ਹਾਂ ਉਹ ਜਾਰਡਨ ਸੰਧੂ ਜਾਰਡਨ ਜਾਰਡਨ ਦੀ ਮੈਨੂੰ ਆਵਾਜ਼ ਬੜੀ ਸੋਹਣੀ ਲੱਗਦੀ ਆ ਉਹਦਾ ਉਹਦੇ ਗਾਣਾ ਸੀਗਾ ਰੈਵ ਨਾਲ ਆਇਆ ਸੀਗਾ ਬੜਾ ਸੋਹਣਾ ਮੈਂ ਉਹਦੀ ਸਟੋਰੀ ਪਾਉਂਦਾ ਹੁੰਦਾ ਸੀਗਾ ਇੱਥੋਂ ਪਤਾ ਲੱਗਦਾ ਜੱਟ ਦੀ ਚੜ੍ਹਾਈ ਉਹਦੀ ਹੈ ਨਾ ਹਾਂਜੀ ਹਾਂਜੀ ਹਾਂ ਗੈਰੀ ਸੰਧੂ ਭਾਈ ਗੈਰੀ ਵਾਈ ਦਾ ਸੀਗਾ ਚੰਨ ਦੀ ਚਾਨਣੀ ਦੋ ਗੱਲਾਂ ਕਰੀਏ ਪਿਆਰ ਦੀਆਂ ਮੈਂ ਆ ਗਾਣਾ ਮੈਨੂੰ ਬੜਾ ਦੇ ਲੱਗ ਗੈਰੀ ਦਾ ਇਹ ਇਹ ਗਾਣਾ ਮੇਰਾ ਵੀ ਗੈਰੀ ਵਾਈ ਦੇ ਗਾਣਿਆਂ ਚ ਫੇਵਰੇਟ ਬਹੁਤ ਬਹੁਤ ਸੋਹਣਾ ਗਾਣਾ ਜੀ ਜੱਸੀ ਗਿੱਲ ਨੂੰ ਸਟੇਜ ਫਿਲਮ ਸੈਟ ਸਟੂడియో ਤਿੰਨਾ ਚੋਂ ਕਿੱਥੇ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਸਟੂడియో ਸਟੂడియో ਐਵੇਂ ਸਟੂడియో ਨਹੀਂ ਮਤਲਬ ਸਟੂడియో ਜਿੱਥੇ ਕੁਝ ਬਣ ਰਿਹਾ ਕ੍ਰੀਏਟ ਹੋ ਰਿਹਾ ਉਸ ਤਰੀਕੇ ਨਾਲ ਹਾਂ 뮤직 ਤੋਂ ਇਲਾਵਾ ਛੋਡੀ ਹੋਰ ਕੀ ਹੌਬੀ ਹੈ ਮੈਂ 뮤직 ਤੋਂ ਇਲਾਵਾ ਮੈਨੂੰ ਮੈਂ ਵੈਸੇ ਬਹੁਤ ਜਣਨ ਨੂੰ ਪਤਾ ਮੈਂ ਕ੍ਰਿਕਟ ਖੇਡਦਾ ਰਿਹਾ ਮੈਂ ਵਾਲੀਬਾਲ ਦਾ ਨੈਸ਼ਨਲ ਪਲੇਅਰ ਹਾਂ ਵਾਲੀਬॉल ਵੀ ਅਸੀਂ ਕੁਲਵਿੰਦਰ ਬਿੱਲੇ ਦੇ ਪਲਾਂਟ ਦੇ ਨਾਲ ਨੈਟ ਲਾਇਆ ਹੁੰਦਾ ਸੀਗਾ ਹੁਣ ਤਾਂ ਸੀਜ਼ਨ ਸ਼ੁਰੂ ਹੋ ਗਿਆ ਸੋ ਬਿਜ਼ੀ ਹੁਨੇ ਆ ਬਟ ਅਦਰਵਾਈਜ਼ ਅਸੀਂ 2 ਸਾਲਾਂ ਤੋਂ ਵਿੱਚ ਲਾਰੀ ਦਾ ਝਟ ਉੱਥੇ ਵਾਲੀਬॉल ਖੇੜੀਦੀ ਆ ਤੇ ਕ੍ਰਿਕਟ ਸੈਲੀਬ੍ਰਿਟੀ ਕ੍ਰਿਕਟ ਲੀਗ ਚੱਲਦੀ ਰਹਿੰਦੀ ਆ ਤੇ ਕਦੇ-ਕਦੇ ਇੱਥੇ ਮੈਚ ਲਾ ਲੇਦੇ ਕ੍ਰਿਕਟ ਤੇ ਵਾਲੀਬॉल ओके ਫੇਵਰੇਟ ਉਹ ਐਦਾਂ ਕਿ ਥੋੜਾ ਹਰ ਰੋਜ਼ ਦੀ ਉਤੋਂ ਜਿਹੜੀ ਰੁਟੀਨ ਬਣੀ ਹੋਈ ਉਹ ਤੋਂ ਤੋੜਨ ਦੇ ਲਈ ਵਿੱਚ ਮਹੀਨੇ ਦੇ ਵਿੱਚ ਦੋ ਵਾਰ ਹੋ ਜਾਂਦਾ ਤਾਂ ਵਧੀਆ ਹੋ ਜਾਂਦਾ ओके ਤੁਹਾਨੂੰ ਡਰ ਕਿਹੜੀ ਚੀਜ਼ ਤੋਂ ਲੱਗਦਾ ਜਾਂ ਕੋਈ ਚੀਜ਼ ਹੋਵੇ ਜਾਂ ਕੋਈ ਵੀ బిਗੇਸਟ ਫੇਅਰ ਕੀ ਹੈ ਡਰ ਇਹ ਹੈ ਕਿ ਅੱਜ ਜੇ ਮੈਨੂੰ ਕੁਝ ਹੋ ਗਿਆ ਤਾਂ ਪਿੱਛੇ ਆ ਆ ਜੀ ਦਾ ਹੋਰ ਅਦਰਵਾਇਜ਼ ਹੋ ਨਹੀਂ ਬਾਕੀ ਤਾਂ ਮੈਂ ਸੋਚਦਾ ਨਾ ਵੀ ਬਾਬਾ ਤੰਦਰੁਸਤ ਰੱਖੇ ਹੱਥ ਪੈਰ ਚੱਲਦਾ ਰੱਖੇ ਬਾਕੀ ਚੀਜ਼ਾਂ ਦਾ ਸਭ ਹੋ ਹੀ ਜਾਣੀਆਂ ਨੇ ਬਸ ਇੰਨਾ ਕਿ ਜ਼ਰੂਰ ਆ ਕਿ ਵੀ ਵੀ ਅੱਜ ਦਾ ਟਾਈਮ ਅੱਜ ਇਹ ਮ ਦਾ ਕੁਛ ਨਾ ਹੋ ਵੀ ਜਿੱਦ ਕਰਕੇ ਜੇ ਕੋ ਕੋ ਹੈਗਾ ਤਾਂ ਜਿਹੜਾ ਬਾਬੇ ਦੇ ਹੱਥ ਆ ਪਰ ਡਰ ਉਹਦਾ ਜਰੂਰ ਰਹਿੰਦਾ ਕੋਈ ਇੱਕ ਚੀਜ਼ ਜਿਹਦੇ ਤੇ ਤੁਹਾਨੂੰ ਬੜਾ ਗੁੱਸਾ ਆਉਂਦਾ ਉਹ ਚੀਜ਼ ਤੁਹਾਡੇ ਤੋਂ ਟੋਲਰੇਟ ਨਹੀਂ ਹੁੰਦੀ ਮੈਨੂੰ ਸਭ ਤੋਂ ਵੱਧ ਗੁੱਸਾ ਆਉਂਦਾ ਅਗਰ ਆਪਾਂ ਇੰਡਸਟਰੀਜ਼ ਦੀ ਗੱਲ ਕਰੀ ਜਦੋਂ ਬਿਹੇਵੀਅਰ ਲੋਕਾਂ ਦੇ ਚੇਂਜ ਹੁੰਦੇ ਆ ਬਿਹੇਵੀਅਰ ਚੇਂਜ ਹੁੰਦੇ ਆ ਇਹਦਾ ਸੰਸਕ੍ਰਿਪ ਜਿਹਨੂੰ ਆਪਾਂ ਇਹ ਕਹਿ ਸਕਦੇ ਆ ਵੀ ਜਿਵੇਂ ਮੈਂ ਬੱਬਲ ਦੀ ਵੀ ਇੰਟਰਵਿਊ ਸੁਣਦੇ ਬੱਬਲ ਨੇ ਵੀ ਇਹ ਕਿਹਾ ਸੀ ਇੱਕ ਬੱਬਲ ਨੇ ਗਾਣਾ ਲਿਖਿਆ ਹੋਇਆ ਬੜਾ ਸੋਹਣਾ ਸੀ ਉਹ ਕਰਨਾ ਰਿਕਾਰਡ ਮੈਂ ਤੇ ਬੱਬਲ ਨੇ ਕੀਤਾ ਹੈ ਰਿਕਾਰਡ ਹੋ ਕੇ ਹਿੱਟ ਜਾਂ ਫਲॉप ਦੇਖਿਆ ਜਾਰੀ ਲਾਉਂਦਾ ਨਾ ਬਿਨਾਂ ਗੱਲਾਂ ਰਾਏ ਮੈਂ ਕਲਮ ਕਸਾਉਂਦਾ ਨਾ ਸੋ ਉਹ ਇੱਥੇ ਇੰਡਸਟਰੀ ਜਿੰਨੀਆਂ ਦੋਸਤੀਆਂ ਨੇ ਇਹ ਮੋਸਟਲੀ ਉਸ ਤਰੀਕੇ ਨਾਲ ਕੰਮ ਕਰਦੀਆਂ ਨੇ ਕਿ ਵੀ ਕੌਣ ਕੀ ਕੰਮ ਕਰ ਰਿਹਾ ਕਿੱਥੇ ਕੰਮ ਕਰ ਰਿਹਾ ਤੇ ਕਈ ਬੰਦੇ ਮਤਲਬ ਜਦੋਂ ਬੰਦਰਾ ਬਿਹੇਵੀਅਰ ਚੇਂਜ ਹੁੰਦਾ ਤੁਹਾਡੇ ਉਹਦੇ ਨਾਲ ਚਾਹੇ ਤੁਸੀਂ ਹਿੱਟ ਹੋ ਰਹੇ ਹੋ ਜਾਂ ਹੋ ਰਹੇ ਉਹ ਤੋਂ ਮੈਨੂੰ ਬੜਾ ਲੱਗਦਾ ਵੀ ਯਾਰ ਵੀ ਮੈਂ ਵਨ ਪੀਸ ਹੋਣਾ ਚਾਹੀਦਾ ਵੀ ਤੁਸੀਂ ਜਿਵੇਂ ਮਿਲ ਗਏ ਕਿਸੇ ਨੂੰ ਤਾਂ ਤੁਹਾਡੇ ਲਈ ਉਹ ਉਵੇਂ ਹੀ ਹੋਣਾ ਚਾਹੀਦਾ ਤੁਹਾਡੇ ਲਈ ਵਤੀਰਾ ਐਸੇ ਕਰਕੇ ਸਾਡੇ ਕੋਈ ਬਹੁਤ ਜ਼ਿਆਦਾ ਦੋਸਤ ਨਹੀਂਗੇ ਅੱਜ ਚਾਹੇ ਗਾਣਾ ਹਿੱਟ ਆ ਜਾਂ ਫਲॉप ਆ ਅਸੀਂ ਉਹੀ 9ਵੇਂ 11ਵੇਂ ਦੇ ਜਿੱਥੇ ਰਹਿੰਦੇ ਆ ਉੱਥੇ ਬਹਿ ਕੇ ਪਾਰਟੀ ਕਰਨੀ ਕਦੇ ਬਾਹਰ ਨਹੀਂ ਜਾਂਦੇ ਚਾਹੇ ਸੁਪਰ ਡੂਪਰ ਹਿੱਟ ਹੋ ਜੋ ਤਾਂ ਵੀ ਉੱਥੇ ਬਹਿ ਕੇ ਕਰਨੀ ਆ ਉਹੀ ਬੰਦੇ ਨੇ ਆ ਕੇ ਬਹਿਣਾ ਉਹੀ ਬੰਦਿਆਂ ਨੂੰ ਮਿਲ ਲਈਦਾ ਆਦਰਵਾਇਜ਼ ਕੀ ਆ ਕਿ ਜਦ ਤੁਸੀਂ ਬਾਹਰ ਅੰਦਰ ਜਾਣ ਲੱਗ ਜਾਈਓ ਉਹਨਾਂ ਨੇ ਤੁਹਾਨੂੰ ਤੁਹਾਡੇ ਉਸ ਸਿਨੈਰੀਓ ਦੇ ਨਾਲ ਬੰਦੇ ਮਿਲ ਲਾ ਜਾਂਦੇ ਤੇ ਉਹਦੇ ਵਿੱਚ ਵੈਸੇ ਵੀ ਇੰਡਸਟਰੀ ਦੇ ਹੋਰ ਬਹੁਤ ਲੋਕ ਅਸੀਂ ਇਕੱਠੇ ਜਿਹੜੇ ਸ਼ੁਰੂ ਹੋਏ ਆ ਉਹਦੇ ਵਿੱਚ ਬਹੁਤ ਬੰਦੇ ਜਿਹੜੇ ਬਹੁਤ ਦਿਨ ਹੁਣ ਦੇਸੀ ਗਰੂ ਦੀ ਗੱਲ ਕੀਤੀ ਆ ਮੈਂ ਦੇਸੀ ਗਰੂ ਨੇ 3-4 ਵਾਰ ਨਵਾਂ ਸਟੂਡੀਓ ਬਣਾ ਲਿਆ ਜਿੰਨੀ ਵਾਰ ਸਟੂਡੀਓ ਬਣਾਉਂਦੇ ਆ ਪਹਿਲੀ ਰਿਕਾਰਡਿੰਗ ਮੈਂ ਕਰਕੇ ਉਹਨਾਂ ਨੂੰ ਸਟੂਡੀਓ ਚ ਸਭ ਤੋਂ ਪਹਿਲਾਂ ਮਾਈਕ ਤੇ ਉਹਨਾਂ ਨੇ ਮੈਨੂੰ ਖੜਾਉਣਾ ਜਾ ਕੇ ਸਿਰਫ ਇਸ ਗੱਲ ਕਰਕੇ ਰਿਗਾਰਡ ਆ ਕੇ ਭਾਈ ਅਸੀਂ ਤੇਰੇ ਤੋਂ ਸਟਾਰਟ ਹੋਏ ਸੀਗੇ ਤੇ ਇਹ ਨਹੀਂ ਹੈ ਕੋਈ ਕੋਈ ਲਾਲਚ ਆ ਬਟ ਉਹਨਾਂ ਦਾ ਮਿਲਣਾ ਵਰਤਣਾ ਹੋਮੀ ਆ ਬਟ ਮੋਸਟਲੀ ਲੋਕਾਂ ਦਾ ਉਦਾਂ ਨਹੀਂ ਹੈਗਾ ਉਹ ਫਾਇਦੇ ਦੇ ਸਾਹ ਨਾਲ ਜਿਆਦਾ ਜਦੋਂ ਇਦਾਂ ਲੱਗੇ ਮੈਨੂੰ ਕਿ ਵੀ ਕੋਈ ਵੀ ਯਾਰ ਕੋਕ ਹੁਣ ਇੰਨੇ ਕਿ ਦੁਨੀਆ ਦੇਖ ਲਈ ਕਿ ਤੁਹਾਨੂੰ ਐਂ ਲੱਗ ਪਤਾ ਲੱਗਣ ਲਾ ਜਾਂਦਾ ਉਦੋਂ ਥੋੜਾ ਜਾਂ ਐਂ ਲਾ ਦਿੰਦਾ ਵੀ ਯਾਰ ਨਹੀਂ ਯਾਰ ਇਦਾਂ ਨਹੀਂ ਠੀਕ ਹੈ ਓਕੇ ਜਿਵੇਂ ਹੈਗਾ ਠੀਕ ਆ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਖੁਸ਼ੀ ਦਿੰਦੀ ਹੈ ਬਹੁਤ ਮੈਨੂੰ ਮੇਰੇ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਮੈਨੂੰ ਮੇਰੇ ਲਈ ਬੈਸਟ ਮੂਮੈਂਟਸ ਹੁੰਦੀ ਹੈ ਕਿਉਂਕਿ ਮੈਨੂੰ ਹੁਣ ਬਹੁਤ ਟਾਈਮ ਮਿਲਦਾ ਜਿਵੇਂ ਕਿ ਕੈਨੇਡਾ ਰਹਿੰਦੇ ਆ ਉਹ ਮੈਂ ਹੁਣ ਜਾ ਕੇ ਆਇਆ ਹੁਣ ਮੈਂ 15 ਦਿਨ ਲਾ ਕੇ ਆਇਆ ਹਾਂ ਸੋ ਹੁਣ ਬੇਟੀ ਵੱਡੀ ਹੋ ਰਹੀ ਆ ਤੇ ਬੇਟਾ ਵੀ ਵੱਡਾ ਹੋ ਰਿਹਾ ਤਾਂ ਕਈ ਵਾਰ ਤਾਂ ਪਹਿਲਾਂ ਤਾਂ ਐ ਜਾ ਕੇ ਦੇਖੀ ਤਾਂ ਕਿ ਯਾਰ 6 ਦਿਨਾਂ ਤੋਂ ਵੱਡਾ ਹੋ ਗਿਆ ਇੰਜੋਏ ਨਹੀਂ ਕਰ ਪਾਇਆ ਸੇ ਜਿੰਨੇ ਦਿਨ ਉੱਥੇ ਰਹੀਦਾ ਤਾਂ ਫਿਰ ਮੈਂ ਆਪਣੇ ਬੋਲਣ ਇੰਨਾ ਕਿ ਜ਼ਿਆਦਾ ਮੈਨੂੰ ਆਇਆ ਹੁੰਦਾ ਕਿ ਇਹਨਾਂ ਨੂੰ ਪਿਆਰ ਦਵਾਂ ਮੈਂ ਤਾਂ ਉਹਦੇ ਨਾਲ ਉਹ ਇੰਨੇ ਜਿਆਦਾ ਅਟੈਚ ਹੋ ਜਾਂਦੇ ਜਦੋਂ ਮੈਂ ਆਉਣਾ ਫਿਰ ਮੇਰੇ ਲਈ ਆਉਣਾ ਬਹੁਤ ਔਖਾ ਹੋ ਜਾਂਦਾ ਸੋ ਉਹ ਮੇਰੇ ਲਈ ਸਭ ਤੋਂ ਵੱਧ ਖੁਸ਼ੀ ਦੀ ਮੂਮੈਂਟ ਹੁੰਦੀ ਜਦੋਂ ਮੈਂ ਆਪਣੇ ਬੱਚਿਆਂ ਨਾਲ ਹੁੰਦੀ ਲਾਈਫ ਦਾ ਇਹੋ ਜਿਹਾ ਮੂਮੈਂਟ ਜਦੋਂ ਤੁਹਾਨੂੰ ਲੱਗਦਾ ਸੀਗਾ ਕਿ ਯਾਰ ਹੁਣ ਟਰਨ ਬੈਕ ਨਹੀਂ ਆ ਵੀ ਹੁਣ ਤਾਂ ਕੁਝ ਨਾ ਕੁਝ ਘਟ ਲਾਂਗੇ ਲੈਂਸਰ ਓਕੇ ਲੈਂਸਰ ਤੋਂ ਪਹਿਲਾਂ ਜਿਹੜੀ ਪਹਿਲੀ ਐਲਬਮ ਕੀਤੀ ਸੀ ਚੂੜੀਆਂ ਗਾਣਾ ਸੀਗਾ ਉਹਦੀ ਵੀ ਸਟੋਰੀ ਕਿਸੀ ਵੀ ਉਦੋਂ ਜਦੋਂ ਮੈਂ ਉਹ ਜਿਹੜੀ ਐਲਬਮ ਕੀਤੀ ਸੀ ਉਹ ਮੈਂ ਆਸਟ੍ਰੇਲੀਆ ਤੋਂ ਪੈਸੇ ਲੈ ਕੇ ਆਇਆ ਸੀਗਾ ਓਕੇ ਤੇ ਉਹਦਾ ਜਿਹੜਾ ਪਹਿਲਾ ਗਾਣਾ ਸੀਗਾ ਉਹ ਸੀਗਾ ਮੈਂ ਉਹੀ ਜੋ ਨਾਲ ਤੇਰੇ ਕਾਲਜ ਚ ਪੜਦਾ ਸੀ ਉਹ ਸੁਣਿਆ ਨਹੀਂ ਕਿਸੇ ਨੇ ਉਹ ਉਹਦਾ ਵੀਡੀਓ ਪ੍ਰਮੋਸ਼ਨ ਸ਼ਰਮਾ ਰਾਣਾ ਤੋਂ ਕਰਾਇਆ ਸੀ ਮੈਂ ਓਕੇ ਤੇ ਉਦੋਂ ਟੌਪ ਦਾ ਵੀਡੀਓ ਡਾਇਰੈਕਟਰ ਹੁੰਦਾ ਸੀ ਮੈਂ ਆਪਣੇ ਵੱਲੋਂ ਬਣਾਇਆ ਸੀ ਵੀ ਟੀ ਸੀਰੀਜ਼ ਮੇਰੀ ਐਲਬਮ ਪਹੁੰਚ ਗਈ ਸੀ ਉਸ ਤੋਂ ਪਹਿਲਾਂ ਮੈਂ ਗੋ ਐਲ 뮤직 ਸਭ ਕੋ ਜਾ ਕੇ ਆਇਆ ਸੀ ਓਕੇ ਉਦੋਂ ਮੈਨੂੰ ਵੀਡੀਓ ਵੀ ਆਪ ਬਣਾ ਕੇ ਦੇਣੀ ਪਈ ਆਡੀਓ ਵੀ ਆਪ ਦੇਣਾ ਪਿਆ ਤੇ ਉਹਨਾਂ ਨੇ ਮੈਨੂੰ ਐਡ ਦੇਣੀ ਸੀਗੀ 15 ਦਿਨਾਂ ਦੀ ਤੇ ਉਹ 15 20 ਦਿਨਾਂ ਦੀ ਐਡ ਚੱਲਣ ਤੋਂ ਬਾਅਦ ਚੂੜੀਆਂ ਗਾਣਾ ਆਇਆ ਜਦੋਂ ਐਡ ਖਤਮ ਹੋ ਗਈ ਸੀ ਲੱਕੀਲੀ ਉਦੋਂ ਟਸ਼ਨ ਚੈਨਲ ਖੁੱਲਿਆ ਸੀਗਾ ਜਿਹਦਾ ਕੀ ਮਤਲਬ ਮੇਰੀ ਲਾਈਫ ਦੇ ਵਿੱਚ ਬਹੁਤ ਹੋਇਆ ਕਿ ਉਹਨਾਂ ਨੇ ਉਦੋਂ ਉਹ ਗਾਣੇ ਚਲਾਏ ਕਿ ਜਿਹੜੇ ਨਵੇਂ ਸੀ ਐਕਸਕਲੂਸਿਵਲੀ ਉਹਨਾਂ ਕੋਲੇ ਚੱਲਣੇ ਸੀਗੇ ਸੋ ਉਹਨਾਂ ਨੇ ਉਹ ਚੂੜੀਆਂ ਗਾਣਾ ਦਿਨ 'ਚ ਜਿਵੇਂ ਕਹ ਲਓ ਕੋਈ 30 30 35 35 ਵਾਰ ਚਲਾਇਆ ਤਾਂ ਉਸ ਤੋਂ ਬਾਅਦ ਉਹ ਗਾਣਾ ਦੇਖਣ ਲੱਗ ਗਿਆ ਤੇ ਉਦੋਂ ਹਨੀ ਸਿੰਘ ਦੇ ਗਾਣੇ ਚੱਲਦੇ ਹੁੰਦੇ ਸੀ ਬਹੁਤ ਤੇ ਉਹ ਵਿੱਚ ਇੱਕ ਸਿੰਪਲ ਜਿਹਾ ਗਾਣਾ ਕੁਰਸੀ ਦੇ ਬਹਿ ਕੇ ਅਰਵਿੰਦਰ ਖਹਿਰ ਉਹਨਾਂ ਨੇ ਸ਼ੂਟ ਕੀਤਾ ਸੀ ਉਹ ਵੀ ਉਹਨਾਂ ਦਾ ਪਹਿਲਾ ਵੀਡੀਓ ਸੀਗਾ ਉਹ ਵੀ ਇਸ ਤਰੀਕੇ ਨਾਲ ਹੀ ਮਿਲੇ ਹੋਏ ਸੀਗੇ ਮੈਨੂੰ ਉਹਨਾਂ ਦੀ ਸਟੋਰੀ ਬਾਅਦ 'ਚ ਕਰ ਲੈਂਦੇ ਆਪਾਂ ਤੇ ਉਦੋਂ ਜਦੋਂ ਹੋਇਆ ਗਾਣਾ ਆਪਣਾ ਚੱਲਿਆ ਤਾਂ ਉਹ ਦੇਖਣ ਲੱਗ ਗਿਆ ਤੇ ਮੈਨੂੰ ਲੋਕਾਂ ਨੇ ਪਛਾਣਨਾ ਸ਼ੁਰੂ ਕਰਤਾ ਫਿਰ ਜਦ ਅਗਲੀ ਐਲਬਮ ਕੀਤੀ ਉਹਦੇ ਵਿੱਚ ਆਡੀਓ ਮੈਂ ਬਣਾਇਆ ਵੀਡੀਓ ਦੇ ਪੈਸੇ ਟੀ ਸੀ ਰੀਜ਼ ਨੇ ਦੇ ਦਿੱਤੇ ਸੋ ਉਹ ਉਦੋਂ ਮੈਨੂੰ ਲੱਗਿਆ ਸੀਗਾ ਕਿ ਵੀ ਹਾਂ ਹੁਣ ਜੇ ਇਹਦੀ ਵੀਡੀਓ ਦੇ ਪੈਸੇ ਤੇ ਉਹ ਗਾਣਾ ਹਿੱਟ ਹੋ ਗਿਆ ਤੇ ਉਸ ਤੋਂ ਬਾਅਦ ਉਦੋਂ ਤੱਕ ਅੱਜ ਤੱਕ ਟਾਈਮ ਤੁਸੀਂ ਬਣਾਉਨੇ ਹੋ ਗਾਣਾ ਆਪਣੇ YouTube ਤੇ ਪਾਉਨੇ ਹੋ ਬਹੁਤ ਈਜ਼ ਆ ਉਸ ਟਾਈਮ ਲੇਬਲਸ ਦਾ ਬਹੁਤ ਹੁੰਦਾ ਸੀ ਕਿਹੜੇ ਲੇਬਲ ਤੇ ਰਿਲੀਜ਼ ਹੋਣਾ ਕਿੰਨੇ ਦੀ ਕੀ ਐਡ ਮਿਲ ਰਹੀ ਆ ਕਿੰਨੀ ਮਿਲ ਰਹੀ ਆ ਸੋ ਫਿਰ ਜਦ ਲੈਂਸਰ ਆਇਆ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਹੁਣ ਓਕੇ ਆ ਹੁਣ ਮੁਣੀ ਮੁੜਦੇ ਯਾਰ ਪਰ ਇਹ ਮੈਂ ਜਿਵੇਂ ਇੱਕ ਚੀਜ਼ ਹੋਣੀ ਤੁਸੀਂ ਆਹ ਗੱਲ ਕਹੀ ਤਾਂ ਮੈਂ ਦੇਖਿਆ ਕਿ ਤੁਸੀਂ ਲੋਕਾਂ ਲਈ ਬਹੁਤ ਲੱਕੀ ਹੋ ਜਿਵੇਂ ਸੱਤੇ ਬਾਈ ਹੋਰਾਂ ਲਈ ਮੇਰੀ ਪਹਿਲੀ ਫਿਲਮ ਖੈਰਾ ਬਾਈ ਦਾ ਪਹਿਲਾ ਵੀਡੀਓ ਸੋ ਆ ਤਿੰਨ ਤਾਂ ਨਹੀਂ ਟੱਚਉਟ ਮੈਂ ਕੌਰ ਵੀ ਇਹਦਾ ਪਹਿਲਾ ਗਾਣਾ ਮੇਰੇ ਨਾਲ ਸੀਗਾ ਉਹਨਾਂ ਦਾ ਤੁਹਾਡੇ ਨਾਲ ਕੌਰ ਵੀ ਦਾ ਮੇਰੇ ਨਾਲ ਸੀਗਾ ਗਾਣਾ ਗੁਰੀ ਵੀਰੇ ਦਾ ਜਿਹੜੀ ਸੀਗੀ ਐਲਬਮ ਮੇਰੇ ਨਾਲ ਸੀਗੀ ਮਤਲਬ ਸਵਾਬ ਬਣਦੇ ਹੁੰਦੇ ਪਰ ਇਹ ਜ਼ਰੂਰ ਹੈ ਕਿ ਮੈਨੂੰ ਇਹ ਬੜੀ ਖੁਸ਼ੀ ਹੁੰਦੀ ਹੈ ਕਿ ਫਿਰ ਉਹੀ ਗੱਲ ਵੀ ਜਿਨ੍ਹਾਂ ਨਾਲ ਜਿਨ੍ਹਾਂ ਨੇ ਚੈੱਕ ਕਰਨ ਔਜਲਾ ਕਰਨ ਔਜਲਾ ਦਾ ਪਹਿਲਾ ਗਾਣਾ ਮੈਂ ਗਾਇਆ ਸੀ ਹਾਂਜੀ 15 ਸਾਲ ਦਾ ਸੀ ਮੇਰੇ ਪਿੰਡ ਦੇ ਨਾਲ ਪਿੰਡ ਦਾ ਓਕੇ ਕਿਹੜਾ ਗਾਣਾ ਥੱਲੇ ਮੇਰੇ ਰੇਂਜ ਅੱਕ ਬਾਜ ਨਾਲੋਂ ਤੇਜ਼ ਸਭ ਤੋਂ ਪਹਿਲਾ ਗਾਣਾ ਲਿਖਿਆ ਸੀਗਾ ਉਹਦਾ ਛੋਟਾ ਜਾਂਦਾ ਜਦੋਂ ਮੈਨੂੰ ਮੈਨੂੰ ਮਿਲਿਆ ਉਹ ਓਕੇ ਓਕੇ ਤੇ ਉਹ ਵੀ ਉਹ ਬਹੁਤ ਰਿਗਾਰਡ ਕਰਦਾ ਉਹ ਅੱਜ ਵੀ ਜਦੋਂ ਮਤਲਬ ਜਿਹੜੀ ਆਪਾਂ ਗੱਲ ਕਰਦੇ ਸੀ ਚੇਂਜ ਵੀ ਚੇਂਜ ਹੋ ਜਾਂਦੇ ਆ ਤੁਸੀਂ ਦੇਖੋ ਹੁਣ ਉਹ ਤੋਂ ਵੱਡਾ ਤਾਂ ਕੋਈ ਪੰਜਾਬੀ ਸਟਾਰ ਨਹੀਂ ਹੈ ਬਟ ਉਹ ਉਮੀ ਚਾਹੇ ਕੰਮ ਕਰੀ ਚ ਨਾ ਕਰੀ ਬਟ ਜੋ ਰਿਸਪੈਕਟ ਆ ਜਿਵੇਂ ਗੱਲ ਕਰਦਾ ਅੱਜ ਵੀ ਉਮੀ ਕਰਦਾ ਜਿਵੇਂ ਪਹਿਲਾਂ ਕਰਦਾ ਸੀ ਇੰਡੀਆ ਆਊਗਾ ਤਾਂ ਮਿਲ ਕੇ ਜਾਊਗਾ ਮਤਲਬ ਇਸ ਤਰੀਕੇ ਨਾਲ ਸੋ ਉਹ ਬਹੁਤ ਬੰਦੇ ਮਿਲੇ ਪਰ ਖੁਸ਼ੀ ਇਸ ਤਰੀਕੀ ਹੁੰਦੀ ਹੈ ਕਿ ਜਿਹੜੇ ਵੀ ਬੰਦੇ ਮਿਲੇ ਉਹ ਸਭ ਕਰੋ ਕਰਾ ਚਾਹੇ ਉਹ ਆਇ ਲਾਲੋ ਵੀਕ ਸਬਬ ਬਣਨਾ ਹੁੰਦਾ ਸ਼ਾਇਦ ਜਿਵੇਂ ਵੀ ਮੈਨੂੰ ਲਾਲੋ ਕੇ ਮੈਨੂੰ ਪਹਿਲੀ ਫਿਲਮ ਆਫਰ ਕੀਤੀ ਦੀਪਕ ਉਹਨਾਂ ਨੇ ਦੀਪਕ ਭਾਜੀ ਉਹਨਾਂ ਨੇ ਰੁਪਾਲੀ ਮੈਂ ਇਸ ਕਰਕੇ ਉਹਨਾਂ ਦਾ ਬੜਾ ਰਿਗਾਰਡ ਕਰਦਾ ਕਿ ਉਹਨਾਂ ਨੇ ਮੇਰੇ 'ਚ ਦੇਖਿਆ ਕਿ ਇਹਨੂੰ ਅਸੀਂ ਐਕਟਰ ਬਣਾ ਸਕਦੇ ਹਾਂ ਉਹਨਾਂ ਨੇ ਮੇਰਾ ਨੰਬਰ ਅੱਜ ਵੀ ਜੱਸੀ ਸ਼ਾਹਰੁਖ ਸੇਵ ਕੀਤਾ ਹੈ ਆਪਣੇ ਫੋਨ ਤੇ ਰੁਪਾਲੀ ਭੈਣ ਨੇ ਮੈਂ ਤਾਂ ਭੈਣ ਕਹਿਣਾ ਹੁਣ ਉਹਨਾਂ ਨੂੰ ਸੋ ਉਹਨਾਂ ਨੇ ਉਸ ਟਾਈਮ ਕੀਤਾ ਸੀ ਇਹ ਨੰਬਰ ਸੇ ਸੋ ਉਹ ਜੇ ਕਿਸੇ ਬੰਦੇ ਨੇ ਤੁਹਾਨੂੰ ਤੁਹਾਡੇ 'ਚ ਦੇਖੀ ਕੋਈ ਚੀਜ਼ ਵੀ ਹਾਂ ਪਈ ਇਹਨੂੰ ਕਰ ਸਕਦੇ ਐ ਕੋਈ ਵੀ ਹੱਲਾਸ਼ੇਰੀ ਆ ਸੋ ਉਹ ਚੀਜ਼ ਕਰਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਦੇ ਟਾਈਮ ਜਿੰਨੇ ਬੰਦਿਆਂ ਨਾਲ ਵੀ ਇਹ ਸਟਾਰਟ ਕੀਤਾ ਜੰਨਨ ਕੰਮ ਕੀਤਾ ਸੀ ਉਹ ਅੱਜ ਦੇ ਟਾਈਮ ਇੰਡਸਟਰੀ ਦੇ ਟੌਪ ਮੋਸਟ ਵਧੀਆ ਕੰਮ ਕਰ ਰਹੇ ਨੇ ਚਾਹੇ ਉਹ ਕੋਈ ਮੇਰਾ ਇੱਕ ਹੁੰਦਾ ਬਣਨਾ ਸੀਗਾ ਮੇਰੇ ਜਰੀਏ ਆਉਣਾ ਸੀਗਾ ਐਡੀਟਰ ਸਾਡਾ ਸਰਜੀ ਸੋਹਲ ਮੇਰਾ ਉਹ ਉਹ ਇਨਕਰਨਰ ਥਰੂ ਮਿਲੇ ਸੀ ਅਸੀਂ ਉਹਨਾਂ ਨੂੰ ਐਡਿਟ ਕਰਾਈ ਪਹਿਲੀ ਵੀਡੀਓ ਉਹ ਉਹ ਟੌਪ ਮੋਸਟ ਐਡੀਟਰ ਆ ਇੰਡਸਟਰੀ ਦਾ ਹੋਰ ਮਤਲਬ ਬਹੁਤ ਐਵੇਂ ਦੇ ਨਾਮ ਨੇ ਪਰ ਚਲੋ ਉਹ ਤਾਂ ਜਦੋਂ ਤੁਸੀਂ ਨਵੇਂ ਹੁੰਨੇ ਫਿਰ ਤੁਹਾਨੂੰ ਨਵੇਂ ਬੰਦੇ ਨਹੀਂ ਮਿਲਣਾ ਹੁੰਦਾ ਆਪਸ ਦੇ ਵਿੱਚ ਪਰ ਗੱਲ ਉਹੀ ਹੈ ਕਿ ਲੱਕੀਲੀ ਕੇ ਮੈਨੂੰ ਇਦਾਂ ਹੁੰਦਾ ਸੀ ਕਿ ਜਿਹੜੀ ਅੱਗ ਹੁੰਦੀ ਸੀ ਉਹ ਪਤਾ ਲੱਗ ਜਾਂਦਾ ਸੀ ਵੀ ਇਹ ਬੰਦੇ 'ਚ ਅੱਗ ਹੈ ਜਿਵੇਂ ਕਰਨ ਔਜਲਾ ਹੋ ਗਿਆ ਅਰਵਿੰਦਰ ਖਹਿਰੇ ਹੁੰਨੀ ਹੋ ਗਏ ਖਹਿਰਾ ਤੇ ਨਵਜੀਦ ਬੁੱਟਰ ਜਦੋਂ ਇਹਨਾਂ ਦਾ ਕੰਮ ਆਈਡੀਆ ਹੋ ਗਿਆ ਸੀ ਵੀ ਇਹਨਾਂ 'ਚ ਕੁਝ ਹੈਗਾ ਵੀ ਜੋ ਇਹ ਜੋਰ ਮਤਲਬ ਜੋ ਇਹਨਾਂ ਦਾ ਥਾਟ ਪ੍ਰੋਸੈਸ ਆ ਉਹ ਬਾਕੀਆਂ ਨਾਲ ਡਿਫਰੈਂਟ ਆ ਉਹ ਉਹ ਚਾਹੇ ਸਤਪਾਲ ਹੁਣੀ ਹੋ ਗਏ ਮਤਲਬ ਪਤਾ ਲੱਗ ਜਾਂਦਾ ਸੀਗਾ ਨਹੀਂ ਔਰ ਇਹ ਚੀਜ਼ ਵੀ ਪਤਾ ਬਹੁਤ ਜ਼ਰੂਰੀ ਹੋ ਜਾਂਦੀ ਕਿਉਂਕਿ ਮੈਨੂੰ ਯਾਦ ਆਪਾਂ ਜਦੋਂ ਦਿਲਦਾਰੀਆਂ ਵੇਲੇ ਮਿਲੇ ਸੀ ਤੁਸੀਂ ਬਹੁਤ ਤਾਰੀਫ ਕਰਦੇ ਹੁੰਦੇ ਸੀ ਖੈਰੇ ਹੋ ਰਹਿਆਂ ਦੇ ਹਾਂਜੀ ਵੀਡੀਓ ਦੀ ਹੈਪੀ ਵੀਰੇ ਦੀ ਹਾਂਜੀ ਬਹੁਤ ਹੈਪੀ ਕਰਦੇ ਉਹ ਸੱਤ ਕਨਾਲਾ ਗਾੜਾ ਸੀ ਹਾਂ ਕਿੰਨਾ ਗਾਇਆ ਆਪਾਂ ਤੁਹਾਡੇ ਤੋਂ ਸੁਣਿਆ ਬਹੁਤ ਹਾਂਜੀ ਸੋ ਇਹ ਬਹੁਤ ਚੰਗਾ ਹੁੰਦਾ ਹੈ ਕਿ ਕਿਸੇ ਨਵੇਂ ਬੰਦੇ ਨੂੰ ਨਾ ਐਪਰੀਸ਼ੀਏਟ ਕਰਨਾ ਨਹੀਂ ਵੀਰ ਮੈਂ ਮੈਂ ਅਜੇ ਤੱਕ ਨਾ ਕੋਈ ਮੈਨੂੰ ਐ ਗਾਣਾ ਸ਼ੇਅਰ ਕਰਨ ਨੂੰ ਭੇਜੇ ਸ਼ਾਇਦ ਮੈਂ ਨਾ ਸ਼ੇਅਰ ਕੀਤਾ ਹੋਵੇ ਬਟ ਜੇ ਮੈਨੂੰ ਕੋਈ ਚੰਗੀ ਲੱਗੀ ਚੀਜ਼ ਮੈਂ ਬਿਨਾ ਕਹੀ ਮੈਨੂੰ ਆਉਂਦਾ ਯਾਰ ਕਿਉਂਕਿ ਮੈਂ ਇਹ ਤਾਂ ਹੈ ਨਹੀਂ ਕਿ ਅਭੀ ਮੈਂ ਮੈਂ ਨਹੀਂ ਕਰੂੰਗਾ ਤਾਂ ਗਾਣਾ ਨਹੀਂ ਚੱਲੂਗਾ ਉਹ ਤਾਂ ਮਤਲਬ ਇੱਕ ਇਮੋਸ਼ਨ ਹੋ ਜਾਂਦਾ ਵੀ ਤੂੰ ਸ਼ੇਅਰ ਕਰਦਾ ਬਟ ਮੈਨੂੰ ਲੱਗਦਾ ਕਿ ਜਿੰਨਾ ਸਪੋਰਟ ਕੀਤਾ ਜਾਵੇ ਉਹਨਾਂ ਜ਼ਿਆਦਾ ਬੈਟਰ ਚੀਜ਼ ਬਟ ਅੱਜ ਦੇ ਟਾਈਮ ਥੋੜਾ ਜਿਹਾ ਉਹ ਚੀਜ਼ ਕੱਟੀ ਹੋਈ ਹੈ ਉਹ ਜਦੋਂ ਪੌਦੀ ਗੱਲ ਕਰਦੇ ਦਿਲਦਾਰੀਆਂ ਦੇ ਸ਼ੂਟ ਤੇ ਤੇ ਮੈਨੂੰ ਯਾਦ ਆ ਕਿ ਉਥੇ ਜੀਤ ਹੁੰਦਾ ਸੀਗਾ ਜੀਤ ਨੂੰ ਤੁਸੀਂ ਕਿਸਮਤ ਫਿਲਮ ਸੁਣਾਈ ਸੀ ਉਸ ਟਾਈਮ ਸੁਣਾਈ ਸੀ ਨਾ ਹਾਂਜੀ ਹਾਂਜੀ ਉਸ ਟਾਈਮ ਫਿਰ ਆਪਾਂ ਬੰਬੇ ਹੁਣ ਬੰਬੇ ਦੀ ਗੱਲ ਕਰਦੇ ਸੀ ਆਪਾਂ ਰੈਮੋਡ ਸੁਜ਼ਾ ਕੋਲ ਵੀ ਗਏ ਗਏ ਸੀ ਰਾਈਟ ਰਾਈਟ ਮੈਨੂੰ ਅਜ ਤੱਕ ਯਾਦ ਆ ਮੇਰੇ ਚਿੱਟਾ ਕੁਰਤਾ ਪਾਇਆ ਹੋਇਆ ਸੀਗਾ ਤੇ ਆਪਾਂ ਬਿਲਡਿੰਗ ਚੜ੍ਹ ਕੇ ਉਦੋਂ ਉਹਦੀ ਫਿਲਮ ਸ਼ੂਟ ਹੋ ਰਹੀ ਐਡਿਟ ਹੋ ਰਹੀ ਸੀਗੀ ਆਪਣੀ ਟਾਈਗਰ ਸ਼ਾਟ ਆਫ ਦੀ ਪਹਿਲੀ ਫਿਲਮ ਹਾਂਜੀ ਜੀ ਬਿਲਕੁਲ ਉਹ ਫਲਾਈਂਗ ਜੈਟ ਫਲਾਈਂਗ ਜੈਟ ਸੀਗਾ ਸੋ ਮਤਲਬ ਬਹੁਤ ਚੀਜ਼ਾਂ ਐ ਤਾਂ ਹੁੰਦੀ ਨੇ ਕਿ ਤੁਹਾਨੂੰ ਜਿਹੜੀ ਸ਼ੁਰੂ ਬੈਕ ਐਂਡ ਤੋਂ ਪਤਾ ਹੁੰਦੇ ਕਿ ਐਸੇ ਇਦਾਂ ਹੁਣ ਉਦੋਂ ਫਿਲਮ ਸੀਗੀ ਉਹ ਫਿਲਮ ਆਪਾਂ ਨੂੰ ਉਦੋਂ ਹੀ ਪਤਾ ਸੀਗਾ ਵੀ ਇਹ ਫਿਲਮ ਬਹੁਤ ਵਧੀਆ ਤਾਂ ਆਪਾਂ ਬਾਲੀਵੁੱਡ ਦੇ ਵਿੱਚ ਉਹਨੂੰ ਪੁਸ਼ ਕਰ ਰਹੇ ਸੀ ਉਸ ਟਾਈਮ ਵੀ ਇਹ ਬਾਲੀਵੁੱਡ ਹਿੰਦੀ ਜਬਾਨ ਦੇ ਵਿੱਚ ਹੁਣ ਜਾ ਕੇ ਸੋ ਪਤਾ ਤੁਹਾਨੂੰ ਆਈਡੀਆ ਹੋ ਜਾਂਦਾ ਉਸ ਟਾਈਮ ਵੀ ਆਹ ਚੀਜ਼ ਵਧੀਆ ਵਧੀਆ ਹੋ ਸਕਦੀ ਹੈ ਸੋ ਚਲੋ ਥੈਂਕ ਯੂ ਵੀਰੇ ਤੁਸੀਂ ਸ਼ੋ ਚਾਏ ਬਹੁਤ ਵਧੀਆ ਲੱਗਿਆ ਗੱਲਾਂ ਕਰਕੇ ਸੋ ਮੱਚ ਤੇ ਇਹ ਤੋਂ ਤੱਕ ਦੀ ਤੁਹਾਡੀ ਕਮਾਲ ਦੀ ਜਰਨੀ ਹੈ। ਥੈਂਕ ਯੂ। ਕਿ ਪ੍ਰਮਾਤਮਾ ਕਰੇ ਅੱਗੇ ਵੀ ਐਂ ਹੀ ਰੋਵੇ। ਬਾਬਾ ਮੇਰ ਕਰੂ ਜੀ। ਉਹ ਜਿੰਨਾ ਵਧੀਆ ਤੁਸੀਂ ਕੰਮ ਕਰ ਰਹੇ ਹੋ, ਜਿੰਨਾ ਵਧੀਆ ਤੁਸੀਂ ਫਿਲਮਾਂ ਕਰ ਰਹੇ ਹੋ, ਬਾਲੀਵੁੱਡ ਚ ਪੰਜਾਬ ਨਾਲੋਂ ਵੀ ਬੈਟਰ ਕੰਮ ਕਰ ਰਹੇ ਹੋ। ਤੋਂ ਇਹ ਦਿਨੋਂ ਦਿਨ ਤੁਹਾਡਾ ਐਕਟਿੰਗ ਚ ਜੋ ਤੁਹਾਡੇ ਰੋਲਾਂ ਚ ਜੋ ਵੇਰੀਏਸ਼ਨਸ ਦੇਖਣ ਨੂੰ ਮਿਲਦੀ ਹੈ, ਉਹ ਐਂ ਹੀ ਦੇਖਦੇ ਰਹੇ। ਥੈਂਕ ਯੂ ਬੇਰ ਥੈਂਕ ਯੂ ਸੋ ਮਚ। ਤੁਸੀਂ ਆਪਣੇ ਬੱਚਿਆਂ ਨੂੰ ਇੱਕ ਲੈਗੇਸੀ ਦੇ ਕੇ ਜਾਓ। ਮੀ ਥੈਂਕ ਯੂ ਵੀਰ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਵੀਰ ਥੈਂਕ ਯੂ ਸੋ ਮਚ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਫੇਵਰਿਟ ਪੰਜਾਬੀ ਫਿਲਮਾਂ ਅਤੇ ਸ਼ੋਅਜ਼ ਦੇਖਣ ਲਈ ਸਬਸਕ੍ਰਾਈਬ ਕਰੋ ਪਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ press ਕਰੋ bell icon ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ